ਮੈਨੂੰ 10 ਤੋਂ 15 ਮਿੰਟ ਹੋ ਗਏ ਲਾਈਨ ਚ ਲੱਗੇ ਨੂੰ ਤੇ ਵਧੀਆ ਫੀਲ ਹੋਇਆ ਵੋਟ ਕਰਕੇ। ਮੇਰੀ ਪਹਿਲੀ ਵਾਰੀ ਵੋਟ ਹੋਈ ਹੈ ਐਂਡ ਇਹ ਸਾਡਾ ਅਧਿਕਾਰ ਹੈ ਵੋਟ ਕਰਨਾ, ਸਭ ਨੂੰ ਵੋਟ ਕਰਨੀ ਚਾਹੀਦੀ ਹੈ। ਕਿ ਸਭ ਨੂੰ ਵੋਟ ਕਰਨੀ ਚਾਹੀਦੀ ਹੈ, ਆਪਣੇ ਹੱਕ ਵਾਸਤੇ ਸਭ ਨੂੰ ਖੜੇ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਵਗੈਰਾ ਖਤਮ ਹੋਣੀ ਚਾਹੀਦੀ, ਨਸ਼ਾ ਪੱਤਾ ਖਤਮ ਹੋਣਾ ਚਾਹੀਦਾ ਆਪਣੀ ਲਾਈਫ ਆਪਣੀ ਜ਼ਿੰਦਗੀ ਚੋਂ। ਨੌਜਵਾਨ ਨੂੰ ਆਪਣਾ ਵਧੀਆ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਨਸ਼ੇ ਪੱਤੇ ਨੂੰ ਛੱਡ ਕੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਗਲਤ ਕਰ ਜਾਂਦੀ ਹੈ ਸਾਡਾ, ਬਟ ਨੌਜਵਾਨ ਨੂੰ ਆਪ ਅੱਗੇ ਆਉਣਾ ਚਾਹੀਦਾ ਵੋਟ ਕਰਨ ਵਾਸਤੇ, ਕਿ ਪਤਾ ਲੱਗੇ ਕਿ ਯੂਥ ਕਿੱਦਾਂ ਅੱਗੇ ਵੱਧ ਰਿਹਾ ਹੈ। ਆਪਣੀ ਆਪਣੇ ਅਧਿਕਾਰ ਲਈ ਖੜਾ ਹੋਣਾ ਚਾਹੀਦਾ ਯੂਥ ਨੂੰ। ਮਾਹੌਲ ਬਹੁਤ ਵਧੀਆ ਹੈ, ਸਭ ਸ਼ਾਂਤੀ ਨਾਲ ਹੋ ਰਿਹਾ ਹੈ। ਮੈਨੂੰ ਇਹ ਹੈ ਕਿ ਸਭ ਅੱਗੇ ਵੀ ਸ਼ਾਂਤੀ ਨਾਲ ਚੱਲੇ ਤੇ ਵਧੀਆ ਹੋਵੇ, ਸਭ ਨੂੰ ਵੋਟ ਕਰਨਾ ਚਾਹੀਦਾ। ਥੈਂਕ ਯੂ। ਮੈਨੂੰ 10 ਤੋਂ 15 ਮਿੰਟ ਹੋ ਗਏ ਲਾਈਨ ਚ ਲੱਗੇ ਨੂੰ ਤੇ ਵਧੀਆ ਫੀਲ ਹੋਇਆ ਵੋਟ ਕਰਕੇ। ਮੇਰੀ ਪਹਿਲੀ ਵਾਰੀ ਵੋਟ ਹੋਈ ਹੈ ਐਂਡ ਇਹ ਸਾਡਾ ਅਧਿਕਾਰ ਹੈ ਵੋਟ ਕਰਨਾ, ਸਭ ਨੂੰ ਵੋਟ ਕਰਨੀ ਚਾਹੀਦੀ ਹੈ। ਕਿ ਸਭ ਨੂੰ ਵੋਟ ਕਰਨੀ ਚਾਹੀਦੀ ਹੈ, ਆਪਣੇ ਹੱਕ ਵਾਸਤੇ ਸਭ ਨੂੰ ਖੜੇ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਵਗੈਰਾ ਖਤਮ ਹੋਣੀ ਚਾਹੀਦੀ, ਨਸ਼ਾ ਪੱਤਾ ਖਤਮ ਹੋਣਾ ਚਾਹੀਦਾ ਆਪਣੀ ਲਾਈਫ ਆਪਣੀ ਜ਼ਿੰਦਗੀ ਚੋਂ। ਨੌਜਵਾਨ ਨੂੰ ਆਪਣਾ ਵਧੀਆ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਨਸ਼ੇ ਪੱਤੇ ਨੂੰ ਛੱਡ ਕੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਗਲਤ ਕਰ ਜਾਂਦੀ ਹੈ ਸਾਡਾ, ਬਟ ਨੌਜਵਾਨ ਨੂੰ ਆਪ ਅੱਗੇ ਆਉਣਾ ਚਾਹੀਦਾ ਵੋਟ ਕਰਨ ਵਾਸਤੇ, ਕਿ ਪਤਾ ਲੱਗੇ ਕਿ ਯੂਥ ਕਿੱਦਾਂ ਅੱਗੇ ਵੱਧ ਰਿਹਾ ਹੈ। ਆਪਣੀ ਆਪਣੇ ਅਧਿਕਾਰ ਲਈ ਖੜਾ ਹੋਣਾ ਚਾਹੀਦਾ ਯੂਥ ਨੂੰ। ਮਾਹੌਲ ਬਹੁਤ ਵਧੀਆ ਹੈ, ਸਭ ਸ਼ਾਂਤੀ ਨਾਲ ਹੋ ਰਿਹਾ ਹੈ। ਮੈਨੂੰ ਇਹ ਹੈ ਕਿ ਸਭ ਅੱਗੇ ਵੀ ਸ਼ਾਂਤੀ ਨਾਲ ਚੱਲੇ ਤੇ ਵਧੀਆ ਹੋਵੇ, ਸਭ ਨੂੰ ਵੋਟ ਕਰਨਾ ਚਾਹੀਦਾ। ਥੈਂਕ ਯੂ। ਮੈਨੂੰ 10 ਤੋਂ 15 ਮਿੰਟ ਹੋ ਗਏ ਲਾਈਨ ਚ ਲੱਗੇ ਨੂੰ ਤੇ ਵਧੀਆ ਫੀਲ ਹੋਇਆ ਵੋਟ ਕਰਕੇ। ਮੇਰੀ ਪਹਿਲੀ ਵਾਰੀ ਵੋਟ ਹੋਈ ਹੈ ਐਂਡ ਇਹ ਸਾਡਾ ਅਧਿਕਾਰ ਹੈ ਵੋਟ ਕਰਨਾ, ਸਭ ਨੂੰ ਵੋਟ ਕਰਨੀ ਚਾਹੀਦੀ ਹੈ। ਕਿ ਸਭ ਨੂੰ ਵੋਟ ਕਰਨੀ ਚਾਹੀਦੀ ਹੈ, ਆਪਣੇ ਹੱਕ ਵਾਸਤੇ ਸਭ ਨੂੰ ਖੜੇ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਵਗੈਰਾ ਖਤਮ ਹੋਣੀ ਚਾਹੀਦੀ, ਨਸ਼ਾ ਪੱਤਾ ਖਤਮ ਹੋਣਾ ਚਾਹੀਦਾ ਆਪਣੀ ਲਾਈਫ ਆਪਣੀ ਜ਼ਿੰਦਗੀ ਚੋਂ। ਨੌਜਵਾਨ ਨੂੰ ਆਪਣਾ ਵਧੀਆ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਨਸ਼ੇ ਪੱਤੇ ਨੂੰ ਛੱਡ ਕੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਗਲਤ ਕਰ ਜਾਂਦੀ ਹੈ ਸਾਡਾ, ਬਟ ਨੌਜਵਾਨ ਨੂੰ ਆਪ ਅੱਗੇ ਆਉਣਾ ਚਾਹੀਦਾ ਵੋਟ ਕਰਨ ਵਾਸਤੇ, ਕਿ ਪਤਾ ਲੱਗੇ ਕਿ ਯੂਥ ਕਿੱਦਾਂ ਅੱਗੇ ਵੱਧ ਰਿਹਾ ਹੈ। ਆਪਣੀ ਆਪਣੇ ਅਧਿਕਾਰ ਲਈ ਖੜਾ ਹੋਣਾ ਚਾਹੀਦਾ ਯੂਥ ਨੂੰ। ਮਾਹੌਲ ਬਹੁਤ ਵਧੀਆ ਹੈ, ਸਭ ਸ਼ਾਂਤੀ ਨਾਲ ਹੋ ਰਿਹਾ ਹੈ। ਮੈਨੂੰ ਇਹ ਹੈ ਕਿ ਸਭ ਅੱਗੇ ਵੀ ਸ਼ਾਂਤੀ ਨਾਲ ਚੱਲੇ ਤੇ ਵਧੀਆ ਹੋਵੇ, ਸਭ ਨੂੰ ਵੋਟ ਕਰਨਾ ਚਾਹੀਦਾ। ਥੈਂਕ ਯੂ। ਮੈਨੂੰ 10 ਤੋਂ 15 ਮਿੰਟ ਹੋ ਗਏ ਲਾਈਨ ਚ ਲੱਗੇ ਨੂੰ ਤੇ ਵਧੀਆ ਫੀਲ ਹੋਇਆ ਵੋਟ ਕਰਕੇ। ਮੇਰੀ ਪਹਿਲੀ ਵਾਰੀ ਵੋਟ ਹੋਈ ਹੈ ਐਂਡ ਇਹ ਸਾਡਾ ਅਧਿਕਾਰ ਹੈ ਵੋਟ ਕਰਨਾ, ਸਭ ਨੂੰ ਵੋਟ ਕਰਨੀ ਚਾਹੀਦੀ ਹੈ। ਕਿ ਸਭ ਨੂੰ ਵੋਟ ਕਰਨੀ ਚਾਹੀਦੀ ਹੈ, ਆਪਣੇ ਹੱਕ ਵਾਸਤੇ ਸਭ ਨੂੰ ਖੜੇ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਵਗੈਰਾ ਖਤਮ ਹੋਣੀ ਚਾਹੀਦੀ, ਨਸ਼ਾ ਪੱਤਾ ਖਤਮ ਹੋਣਾ ਚਾਹੀਦਾ ਆਪਣੀ ਲਾਈਫ ਆਪਣੀ ਜ਼ਿੰਦਗੀ ਚੋਂ। ਨੌਜਵਾਨ ਨੂੰ ਆਪਣਾ ਵਧੀਆ ਕੈਰੀਅਰ ਵੱਲ ਧਿਆਨ ਦੇਣਾ ਚਾਹੀਦਾ ਨਸ਼ੇ ਪੱਤੇ ਨੂੰ ਛੱਡ ਕੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਗਲਤ ਕਰ ਜਾਂਦੀ ਹੈ ਸਾਡਾ, ਬਟ ਨੌਜਵਾਨ ਨੂੰ ਆਪ ਅੱਗੇ ਆਉਣਾ ਚਾਹੀਦਾ ਵੋਟ ਕਰਨ ਵਾਸਤੇ, ਕਿ ਪਤਾ ਲੱਗੇ ਕਿ ਯੂਥ ਕਿੱਦਾਂ ਅੱਗੇ ਵੱਧ ਰਿਹਾ ਹੈ। ਆਪਣੀ ਆਪਣੇ ਅਧਿਕਾਰ ਲਈ ਖੜਾ ਹੋਣਾ ਚਾਹੀਦਾ ਯੂਥ ਨੂੰ। ਮਾਹੌਲ ਬਹੁਤ ਵਧੀਆ ਹੈ, ਸਭ ਸ਼ਾਂਤੀ ਨਾਲ ਹੋ ਰਿਹਾ ਹੈ। ਮੈਨੂੰ ਇਹ ਹੈ ਕਿ ਸਭ ਅੱਗੇ ਵੀ ਸ਼ਾਂਤੀ ਨਾਲ ਚੱਲੇ ਤੇ ਵਧੀਆ ਹੋਵੇ, ਸਭ ਨੂੰ ਵੋਟ ਕਰਨਾ ਚਾਹੀਦਾ। ਥੈਂਕ ਯੂ।